ਇੱਧਰ ਬਰਬੈਰੀ ਦੇ ਲੱਗੇ ਨੇ, ਬਰਬੈਰੀ ਦੇ ਬਾਹਲੇ ਸਸਤੇ ਨੇ, 30 ਯੂਰੋ ਦਾ ਪਰਫਿਊਮ, ਇਹ ਕੀ ਗੱਲ। ਸੋ ਪੁਲਿਸ ਵਾਲੇ ਬਹੁਤ ਫਿਰਨਗੇ ਇੱਥੇ ਪੈਟਰੋਲ ਕਰਦੇ ਰਾਹਾਂ ਵਿੱਚ, ਮੇ ਬੀ ਓਕੇਜਨਲੀ ਕਿਸੇ ਦੀ ਚੈਕਿੰਗ ਕਰ ਲੈਣ ਵੀ ਤੂੰ ਕਿੰਨਾ ਸਮਾਨ ਇੱਥੇ ਖਰੀਦਿਆ, ਕਿਉਂਕਿ ਲਿਮਿਟ ਲੱਗੀ ਹੁੰਦੀ ਹੈ ਨਾ। ਲੇਕ 'ਚ ਪਾਣੀ ਆ ਨਾ, ਇਹ ਡਾਇਰੈਕਟਲੀ ਗਲੇਸ਼ੀਅਰ ਤੋਂ ਆਇਆ, ਸੋ ਇੰਨਾ ਫਰੈਸ਼ ਵਾਟਰ ਆ, ਇਹ ਤੁਸੀਂ ਪੀ ਵੀ ਸਕਦੇ ਹੋ। ਹਾਂਜੀ, ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ? ਉਮੀਦ ਕਰਦਾ ਸਾਰੇ ਠੀਕ ਹੋਵੋਗੇ। ਹੁਣ ਅੱਜ ਵਾਲੀ ਵੀਡੀਓ ਦੀ ਸ਼ੁਰੂਆਤ ਇੱਥੇ ਪਹਾੜਾਂ 'ਚ ਹੋਈ ਆ, ਤੇ ਐਗਜੈਕਟਲੀ ਲੋਕੇਸ਼ਨ 'ਚ ਦੱਸੀਏ ਆਪਾਂ ਹੁਣ ਇਟਲੀ, ਆਸਟਰੀਆ ਤੇ ਸਵਿਟਜ਼ਰਲੈਂਡ ਦੇ ਬਾਰਡਰ ਦੇ ਕੋਲ ਖੜੇ ਆ। ਤੇ ਅੱਜ ਤੁਹਾਨੂੰ ਇਟਲੀ ਦਾ ਇਦਾਂ ਦਾ ਸ਼ਹਿਰ ਦਿਖਾਵਾਂਗੇ ਜਿਹਨੂੰ ਆਲਸੋ ਡਿਊਟੀ ਫ੍ਰੀ ਸ਼ਹਿਰ ਕਹਿੰਦੇ ਨੇ। ਉਹ ਇਕੱਲਾ ਹੀ ਆ ਇਟਲੀ 'ਚ ਜਿੱਥੇ ਕੋਈ ਟੈਕਸ ਵਗੈਰਾ ਨਹੀਂ ਹੁੰਦਾ। ਕਿਰਪਾ ਨਾਲ ਅੱਜ ਮੌਸਮ ਵੀ ਵਧੀਆ, ਮਾਹੌਲ ਵੀ ਘੈਂਟ ਆ, ਚਲੋ ਚੱਲੀਏ। ਸੋ ਇਸ ਸ਼ਹਿਰ ਦਾ ਨਾਂ ਹੈਗਾ ਲਿਵਿਨੋ, ਅਤੇ ਇਹ ਟੈਕਸ ਫਰੀ ਸ਼ਹਿਰ ਆ, ਤਾਂ ਕਰਕੇ ਸਭ ਕੁਝ ਸਸਤਾ। ਹੁਣ ਮੋਸਟਲੀ ਲੋਕ ਇੱਥੇ ਆਉਂਦੇ ਨੇ, ਸਭ ਨੂੰ ਪਹਿਲਾਂ ਇੱਥੇ ਗੱਡੀ ਦੀ ਟੈਂਕੀ ਫੁੱਲ ਕਰਾਉਂਦੇ ਨੇ, ਕਿਉਂਕਿ ਇੱਥੇ ਤੇਲ ਸਸਤਾ। ਆਮ ਰੇਟ ਹੁਣ ਇਟਲੀ ਵਿੱਚ 1 ਯੂਰੋ 70 ਸੈਂਟ ਚੱਲਦਾ, ਇੱਥੇ ਤੁਹਾਨੂੰ ਦਿਖਾ ਦਿੰਦੇ ਹਾਂ, ਇੱਥੇ 1 ਯੂਰੋ 21 ਸੈਂਟ ਆ, ਸੋ 50 ਸੈਂਟ ਦਾ ਫਰਕ ਆ, ਠੀਕ ਹੈ। ਅਤੇ ਬਾਕੀ ਵੀ ਤੁਸੀਂ ਕੁਛ ਵੀ ਇੱਥੇ ਖਰੀਦਣਾ, ਉਹ 'ਤੇ ਕੋਈ ਟੈਕਸ ਨਹੀਂ ਲੱਗਦਾ, ਸੋ ਆਮ ਰੇਟ ਨਾਲ ਤੁਹਾਨੂੰ ਸਸਤਾ ਮਿਲ ਜਾਂਦਾ। ਅਤੇ ਇੱਕ ਲਿਮਿਟ ਹੁੰਦੀ ਆ ਨਾ, ਐਂ ਨੀਗਾ ਵੀ ਤੁਸੀਂ ਪੂਰਾ ਐਂ ਸਮਾਨ ਭਰ ਕੇ ਲੈ ਗਏ, ਇੱਕ ਲਿਮਿਟ ਹੁੰਦੀ ਆ, ਉਹ ਲਿਮਿਟ ਵਿੱਚ ਤੁਸੀਂ ਸਮਾਨ ਲੈ ਕੇ ਜਾ ਸਕਦੇ, ਤਾਂ ਕਰਕੇ ਜੋ ਵਾਪਸ ਜਾਓਗੇ ਚੈਕਿੰਗ ਹੁੰਦੀ ਆ ਵੀ ਬੰਦੇ ਲਿਮਿਟ ਤੋਂ ਜ਼ਿਆਦਾ ਤਾਂ ਨਹੀਂ ਲੈ ਕੇ ਜਾ ਰਹੇ। ਸਰਾਊਂਡਿੰਗ ਇਹ ਸ਼ਹਿਰ ਦੇ ਆਲੇ ਦੁਆਲੇ ਜ਼ਿਆਦਾ ਪਹਾੜ ਹੀ ਨੇ, ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ। ਸੋ ਸ਼ਹਿਰ ਦਾ ਹੁਣ ਆਪਾਂ ਗੇੜਾ ਲਾਉਂਦੇ ਹਾਂ। ਸਭ ਨੂੰ ਪਹਿਲਾਂ ਇੱਥੇ ਐਜ ਏ ਸ਼ਹਿਰਾਂ 'ਚ ਪਾਰਕਿੰਗ ਫਰੀ ਨਹੀਂ ਮਿਲਦੀ ਹੈਗੀ, ਸੋ ਪਾਰਕਿੰਗ ਦਾ ਰੇਟ ਹੀ ਦੇਖ ਲਓ ਹੈ ਨਾ। ਪਹਿਲਾਂ ਅੱਧਾ ਘੰਟਾ ਫਰੀ ਆ, ਉਹ ਤੋਂ ਬਾਅਦ 1 ਘੰਟੇ ਤੇ 2 ਯੂਰੋ, ਉਹ ਤੋਂ ਬਾਅਦ 3 ਯੂਰੋ ਐਡ ਹੋ ਜਾਣੇ ਨੇ ਹਰੇਕ ਘੰਟੇ ਬਾਅਦ। ਸੋ ਇੱਥੇ ਇਹ ਹਿਸਾਬ ਕਿਤਾਬ ਆ ਕਿ ਲੋਕ ਆਹ ਟਰੋਲੀ ਲੈ ਕੇ ਉੱਤੇ ਜਾਂਦੇ ਨੇ, ਅਤੇ ਉੱਤੋਂ ਹੁਣ ਮੋਸਟਲੀ ਤੁਸੀਂ ਦੇਖ ਸਕਦੇ ਹੋ ਸਾਈਕਲ ਵਾਲੇ ਜ਼ਿਆਦਾ ਆ ਰਹੇ ਨੇ ਉੱਤੋਂ, ਲੋਕ ਸਾਈਕਲ ਲੈ ਕੇ ਉੱਤੇ ਜਾਂਦੇ ਨੇ, ਅਤੇ ਸਪੈਸ਼ਲ ਰਸਤਾ ਬਣਾਇਆ ਹੋਇਆ, ਉਹਦੇ ਰਾਹੀਂ ਥੱਲੇ ਆਉਂਦੇ ਨੇ। ਸੋ ਤੁਸੀਂ ਇਹ ਐਕਟੀਵਿਟੀ ਕਰਨੀ ਆ ਹੈ ਨਾ, ਤੁਹਾਨੂੰ ਬਾਈਕਿੰਗ ਕਰਨੀ ਪਸੰਦ ਆ, ਤਾਂ ਆਹ ਬੈਸਟ ਚੀਜ਼ ਆ ਤੁਹਾਡੇ ਲਈ ਇੱਥੇ। ਸੋ ਇੱਥੋਂ ਸ਼ਹਿਰ ਦਾ ਮੇਨ ਕਹਿ ਸਕਦੇ ਹਾਂ ਨਾ ਡਾਊਨ ਟਾਊਨ ਆ ਗਿਆ, ਬਾਜ਼ਾਰ ਸ਼ੁਰੂ ਹੁੰਦਾ, ਹੁਣ ਇੱਥੇ ਜਾ ਕੇ ਆਪਾਂ ਦੇਖਦੇ ਹਾਂ ਤਾਂ ਤੁਹਾਨੂੰ ਦਿਖਾਉਂਦੇ ਹਾਂ। ਸੋ ਦੋਸਤੋ, ਸਭ ਨੂੰ ਪਹਿਲਾਂ ਤੁਹਾਨੂੰ ਦੱਸ ਦਿਆਂ ਲਿਵਿਨੋ ਸ਼ਹਿਰ ਵਿੱਚ ਟੈਕਸ ਕਿਉਂ ਨਹੀਂ ਹੈਗਾ ਹੈ ਨਾ। ਹੁਣ ਇਹ ਸ਼ਹਿਰ ਜਿਹੜਾ ਆ ਇਹ ਬਹੁਤ ਠੰਡੇ ਏਰੀਏ ਨੇ ਹੈ ਨਾ, ਇਹ ਬਹੁਤ ਠੰਡੇ ਏਰੀਏ ਵਿੱਚ ਬਣਿਆ ਹੋਇਆ, ਐਲਪਸ ਵਿੱਚ ਆ, ਜਿੱਦਾਂ ਤੁਸੀਂ ਦੇਖ ਸਕਦੇ ਹੋ ਲਿਵਿਨੋ ਫੀਲ ਦਾ ਐਲਪਸ। ਸੋ ਸਰਕਾਰ ਨੇ ਇਹ ਸ਼ਹਿਰ ਜਿਹੜੇ ਨੇ ਇਹਨਾਂ ਨੂੰ ਇਕਨੋਮਿਕਲੀ ਸਪੋਰਟ ਕਰ ਲਈ, ਇਹਨਾਂ ਤੋਂ ਟੈਕਸ ਹਟਾ ਤਾ ਹੈ ਨਾ, ਕਿਉਂਕਿ ਜਿੱਦਾਂ ਕਿ ਮੈਂ ਪਹਿਲਾਂ ਕਿਹਾ ਸੀ ਇਹ ਜਿਹੜਾ ਏਰੀਆ ਇਹ ਇਟਲੀ, ਆਸਟਰੀਆ ਅਤੇ ਸਵਿਟਜ਼ਰਲੈਂਡ ਜਿਹੜਾ ਬਾਰਡਰ ਆ ਤਿੰਨ ਦੇਸ਼ਾਂ ਦਾ ਜੁੜਦਾ, ਇਹ ਉਹਦੇ ਕੋਲ ਆ। ਸੋ ਇੱਥੋਂ ਦਾ ਇੱਕ ਇਟਲੀ ਤੋਂ ਲੋਕ ਆਉਂਦੇ ਨੇ, ਇੱਕ ਆਸਟਰੀਆ ਤੋਂ ਵੀ ਆਉਂਦੇ ਨੇ, ਅਤੇ ਇੱਕ ਸਵਿਸ ਤੋਂ ਵੀ ਆਉਂਦੇ ਨੇ ਹੈ ਨਾ, ਕਿਉਂਕਿ ਨੇੜੇ ਨੇੜੇ ਆ, ਹਰੇਕ 3 ਮੁਲਕਾਂ ਦੇ ਨੇੜੇ ਪੈਂਦਾ ਸ਼ਹਿਰ। ਸੋ ਉਹਨਾਂ ਨੂੰ ਆਏ ਹਾਂ ਵੱਧ ਤੋਂ ਵੱਧ ਅਸੀਂ ਟੂਰਿਸਟ ਅਟਰੈਕਟ ਕਰੀਏ ਆਪਦੇ ਵੱਲ, ਤਾਂ ਕਰਕੇ ਨਹੀਂ ਇੱਥੇ ਉਹ ਹੈਗਾ ਕੋਈ ਵੀ ਟੈਕਸ। ਇਟਲੀ ਹੁਣ ਜ਼ਿਆਦਾਤਰ ਲੋਕ ਜਦੋਂ ਇਟਲੀ ਬਾਰੇ ਸੋਚਦੇ ਨੇ ਨਾ, ਉਹਨਾਂ ਦੇ ਦਿਮਾਗ 'ਚ ਜਾਂ ਆਉਂਦਾ ਮਿਲਾਨ, ਜਾਂ ਆਉਂਦਾ ਰੋਮ, ਜਾਂ ਵੈਨਿਸ ਸ਼ਹਿਰ ਆ ਜਾਂਦਾ ਹੈ ਨਾ। ਪਰ ਕਾਫੀ ਲੋਕਾਂ ਨੂੰ ਆਹ ਜਿਹੜੇ ਵਧੀਆ ਵਧੀਆ ਛੋਟੇ ਛੋਟੇ ਸ਼ਹਿਰ ਨੇ ਦੇਖਣ ਵਾਲੀਆਂ ਚੀਜ਼ਾਂ ਨੇ, ਇਹਨਾਂ ਬਾਰੇ ਪਤਾ ਨੀਗਾ। ਜਦੋਂ ਵੀ ਤੁਸੀਂ ਇੱਥੇ ਆਏ ਘੁੰਮਣ, ਤਾਂ ਲਾਜ਼ਮੀ ਇਹ ਚੀਜ਼ਾਂ ਦੇਖ ਕੇ ਜਾਇਓ ਹੈ ਨਾ, ਕਿਉਂਕਿ ਇਹ ਸਿੰਪਲ ਚੀਜ਼ਾਂ ਜਿਹੜੀਆਂ ਨੇ ਅਸਲੀ ਖੁਸ਼ੀ ਇਹ 'ਚੋਂ ਮਿਲਦੀ ਆ। ਬਾਕੀ ਇਟਲੀ ਦੇ ਮਿਲਾਨ ਵਗੈਰਾ, ਵੈਨਿਸ ਦੇਖਣਾ, ਉਹ ਮੇਰੀਆਂ ਪੁਰਾਣੀਆਂ ਵੀਡੀਓ 'ਚ ਖੋਲ ਕੇ ਦੇਖ ਲਓ, ਮੈਂ ਸਾਰੇ ਉਹਨਾਂ ਬਾਰੇ ਵੀਡੀਓ ਬਣਾਏ ਹੋਏ ਆ। ਇੱਥੇ ਆਏ ਆ ਤੁਸੀਂ, ਬੰਦਾ ਘੁੰਮਦਾ ਫਿਰਦਾ ਵੀ ਆ ਨਾ, ਪਿੱਛੇ ਵਧੀਆ ਇਨਵਾਇਰਮੈਂਟ ਆ, ਪਹਾੜ ਦੇ ਨਾਲ ਬੰਦਾ ਸ਼ੋਪਿੰਗ ਵੀ ਕਰ ਜਾਂਦਾ। ਸ਼ੋਪਿੰਗ ਜ਼ਿਆਦਾਤਰ ਦੁਪਹਿਰ ਤੋਂ ਬਾਅਦ ਇੱਥੇ ਖੁੱਲਦੀਆਂ ਨੇ, ਹੁਣ ਸਵੇਰ ਵਾਲਾ ਟਾਈਮ ਆ, ਤਾਂ ਕਰਕੇ ਬੰਦ ਆ ਸਭ ਕੁਛ। ਹੁਣ ਜੇ ਮੈਂ ਆਮ ਸਵਿਟਜ਼ਰਲੈਂਡ ਨਾਲ ਕੰਪੇਅਰ ਕਰਾਂ, ਜਾਂ ਇਟਲੀ ਦੇ ਪ੍ਰਾਈਸਾਂ ਨਾਲ ਕੰਪੇਅਰ ਕਰਾਂ, ਫਰਕ ਤਾਂ ਹੈਗਾ, ਕਿਉਂਕਿ ਇੱਥੇ ਜਿਵੇਂ ਮਾਈਕਲ ਕੋਰਸ ਦੀ ਘੜੀ ਲੱਗੀ ਆ, ਮਤਲਬ 450 ਤੋਂ 300 ਦੀ ਲਾਈ ਹੋਈ ਆ ਨਾ, 300 ਯੂਰੋ ਦੀ। ਇੱਧਰ ਵੀ ਜੇ ਆਪਾਂ ਦੇਖੀਏ, ਜ਼ਿਆਦਾਤਰ ਘੜੀਆਂ ਨੇ, ਜੂਲਰੀ, ਜਾਂ ਇੱਥੇ ਕੈਮਰੇ, ਠੀਕ ਹੈ, ਆਮ ਨੂੰ ਉਹਨਾਂ ਨੇ ਫਰਕ ਤਾਂ ਰੱਖਿਆ। ਅਤੇ ਬਾਕੀ ਹੈ ਨਾ, ਕਾਫੀ ਲੋਕਾਂ ਦੇ ਅਲੱਗ ਅਲੱਗ ਸ਼ੌਂਕ ਹੁੰਦੇ ਨੇ, ਪ੍ਰੈਫਰੈਂਸ ਹੈ ਨਾ, ਕਈ ਲੋਕਾਂ ਨੂੰ ਸਮੁੰਦਰ ਵਗੈਰਾ ਪਸੰਦ ਹੁੰਦੇ ਨੇ, ਕਈ ਲੋਕਾਂ ਨੂੰ ਥੋੜ੍ਹਾ ਨੇਚਰ ਪਸੰਦ ਆ, ਆਪਾਂ ਉਹਨਾਂ 'ਚੋਂ ਹਾਂ ਜਿਨ੍ਹਾਂ ਨੂੰ ਨੇਚਰ ਜ਼ਿਆਦਾ ਪਸੰਦ ਆ। ਆ ਗ੍ਰੀਨਰੀ ਇੰਨੇ ਆਲੇ ਦੁਆਲੇ ਦੇਖ ਕੇ ਬੰਦੇ ਨੂੰ ਖੁਸ਼ੀ ਹੁੰਦੀ ਆ, ਤਾਂ ਕਰਕੇ ਹਮੇਸ਼ਾ ਮੈਂ ਕਹਿੰਦਾ ਨੇਚਰ ਦੀ ਰਿਸਪੈਕਟ ਕਰਿਆ ਕਰੋ, ਕੁਦਰਤ ਦੀ ਰਿਸਪੈਕਟ ਕਰੋਗੇ, ਕੁਦਰਤ ਬੰਦੇ ਨੂੰ ਵੀ ਵਧੀਆ ਉਹ ਕਰੂਗੀ, ਵਧੀਆ ਟ੍ਰੀਟ। ਤੁਸੀਂ ਲਿਵਿਨੋ ਆ ਰਹੇ ਹੋ, ਤਾਂ ਲਿਵਿਨੋ ਦਾ ਲੇਕ ਨਹੀਂ ਤੁਸੀਂ ਮਿਸ ਕਰ ਸਕਦੇ, ਕਿਉਂਕਿ ਜਿੱਦਾਂ ਤੁਸੀਂ ਖੁਦ ਵਿਊ ਤੋਂ ਦੇਖ ਲਿਆ ਨਾ, ਇਹ ਕੋਈ ਆਮ ਮਾਮੂਲੀ ਲੇਕ ਨਹੀਂ ਹੈਗੀ। ਇਹ ਜਿਹੜਾ ਲੇਕ 'ਚ ਪਾਣੀ ਆ ਨਾ, ਇਹ ਡਾਇਰੈਕਟਲੀ ਗਲੇਸ਼ੀਅਰ ਤੋਂ ਆਇਆ, ਸੋ ਇੰਨਾ ਫਰੈਸ਼ ਵਾਟਰ ਆ, ਇਹ ਤੁਸੀਂ ਪੀ ਵੀ ਸਕਦੇ ਹੋ।
बाकी थोनू नेड़े जाके दिखा दें। चलो आप अगे जाके दिखाने माइक, मैं हूँ नेड़े रखना क्योंकि हवा बहुत ज्यादा आ, नहीं तो थोड़ा हवा ही सुनूगी, मेरी आवाज तो सुननी नहीं। आ चीज़ ना मैं इदा की चीज़ स्विट्जरलैंड देखी, ना मैं इदा की चीज़ ऑस्ट्रिया देखी, तो बाकी जिन्हें भी यूरोप के कंट्री घूमे ने इदा की चीज़ नहीं उत्थे कितने भी दिखी हैगी, है ना। आ मतलब भाई अलग लैवल की ब्यूटी आ, मतलब जिदा आपको मूवीज नहीं देखने को मिलती, बंदा कहता यार ये असली है या नकली आ, वो लैवल की चीज़ आ, बहुत ज़्यादा खूबसूरत जगह, बिल्कुल देखने वाली है यार, जिंदगी एक बार तो आ चीज़ एक्सपीरियंस करने वाली आ। क्योंकि मैं भी मन लगता सी कोई खास जगह नहीं होनी, मैं जो नैट पर सर्च करता सी इदा दी चीज़ा किसी ने दिखाई नहीं सी, पर बहुत ही ज़्यादा खूबसूरत आ। सो आने वाली हुण तुसीं सुनिया पिछले सालों से ग्लोबल वार्मिंग काफ़ी आ रही है ना, वो करके ग्लेशियर वगैरह सारे पिघल रहे हैं। हुण आ जिहड़ा आह नदियां दा पानी आ, लेक दा पानी आ ना, ये तुसीं पी सकदे हो क्योंकि फ्रैश वाटर इहनूं कहा जांदा। पर एक टाइम आए हुंदा सी ना जो तो प्रॉपर सारा हिसाब किताब सही सीगा धरती का, है ना, कोई ग्लोबल वार्मिंग वगैरह नहीं आई, हजे नदियां सुकिया नहीं सी, उदो आ जिथे मैं खड़ा ना ये सारा पानी ना भरिया हुंदा सी, हुण तुसीं देखो किन्ना ज़्यादा सुक गया पानी, बस उत्थे उत्थे ही रह गया। ये मतलब बंदा कुदरत की इज्जत करे, है ना, कुदरत की रिस्पैक्ट करे, कुदरत ना छेड़खानी ना करे, तो कुदरत भी बंदे की रिस्पैक्ट करे। हाँ जी, जिदा पहला आप दिखाया सी ना भी वह पहाड़ी तो उत्ते लोग सैकल लैके आ रहे सी, तुसी आप सैकल जे नहीं लिया सकते आपका, इतने आह नोलैजो तो लगे ने, नोलैजो मतलब रेंट तो लै सकते हो तुम इतने बाइक। हूँ आप आ गए शहर च वापस, ठीक है, होपफुली हूँ स्टोर खुल गए, हूँ थोनू जाके दिखाने। चलो आ बहर लग्या होया एक तरह का बाजार कह सकते हैं, इतने आ कोट लगे ने, हूँ आ स्टोर खुल गए, जिमें हूँ बाकी कैलविन क्लेन है ना कोच बाकी सारे जाके अंदर देखते हैं भी इन्हें की फर्क है ओरिजिनल नालों। चलो देखते हैं कुछ वधिया जे मिले तो लै लेंगे। सो कपड़िया की देखे जाए इटली के कपड़े की कहते क्वालिटी तो बहुत आ। तो बाबे 50 यूरो इतने तकरीबन मेन चीज़ा लैनिया ने, शर्टा पेंटा लैनिया ने 50 यूरो के अंदर थोड़ू मिल जाएगियाँ। आ सैकल वाले यार हमने चर्चा कर रहे हैं कि पहाड़ी चढ़निया हूँ, थोड़ा मेन मेन घूमने वाली चीज़ा दिखाती हूँ, आले दुआले देखते हैं डाउन टाउन में आप दिखा सकते हैं थोड़ा। सो ज़्यादातर जिदा मैं पहला क्या बार तो रेस्टोरेंट ने ज़्यादातर, है ना, उस अलावा शॉप्स ने जिहड़ियां खुलियां हुई जाके देखते हैं। हैरानी वाली गल ए लगती है भी बंदा सोचता होगा भी टूरिस्ट वाली प्लेस है ना, शॉपा भरिया होनगियां, पर शॉप जिहड़ी भी पड़ते हो इन्ने क्राउडेड नहीं होंगे, लोग इतने ज़्यादा आपकी एक्टिविटियां कर आते हैं, शॉपिंग करना घट पसंद करते हैं वेकेशन से, ज़्यादातर लोग थोड़ा पहाड़ा पहूड़ा तो ही दिखेंगे। परफ्यूम वाले स्टोर में बढ़ते हैं, आज देखिए, ठीक है, जेडे जॉर्ज अरमानी के मैं पता क्योंकि आ मेरे को पहला हों 100 यूरो के अराउंड हों, इतने थोनों 75 का मिलेगा, सो फर्क तो है प्राइस में, सस्ते मिलते हैं इतने। इधर अपने बॉस के लगे हुए इदा के थोड़ा 30 यूरो मिल जाएंगे। हूँ जो कैलविन क्लेन देखिए, कैलविन क्लेन के इधर बर्बेरी के लगे ने, बर्बेरी के बाले सस्ते ने 30 यूरो का परफ्यूम। और तुम की चाहते हो ना, थोड़ा टूरिस्ट गाइड थोड़े सामने आ, दसो की देखना चाहते हो, उ थोनों दिखावे। चलो आ जाओ मेरे मगर। हाँ जी, आ वाला जेड़ा एरिया ना ये मतलब सबनों ज़्यादा रौनक है इतने, क्योंकि इतने रेस्टोरेंट बहुत ने, सो लोग उत्थे जाके ज़्यादा इतने बाहर बह के खाने का रवाज है यूरोप में। सो इधर नू सबनों ज़्यादा रौनकी एरिया, उधर नू पहाड़ ने, लोग सैकलों पर जाके है ना आपदे एक्टिविटियां वगैरह करते हैं। जो आप उधर गए जिदा आप स्विट्जरलैंड भी देखा सी, इतने भी स्विट्जरलैंड वाला हिसाब किताब है, क्योंकि पहाड़ों में ओबियसली लोग लकड़ों के घर च रहना पसंद करते हैं। सो आ तो थोड़ी थोड़ी लकड़ा क्योंकि थले थले शोरूम उत्ते घर ने, पर आ जो अगे जाके दिखा ना ये पूरा घर लकड़ च बनया हुआ, यह तो ए लगता बंदे ने लकड़ दरख्त वढ़ के आप जोड़ के मेखा ला के बनाया हुआ घर है ना। इतने ठंड बहुत होंगी आ, सो इतने यही घर कामयाब ने लकड़ वाले, है ना, दूजे पत्थर वाले बना फिर ठंड बहुत होगी यार, हीटिंग सिस्टम भी इन्होंने बना कोई। हाँ जी दोस्तों, मामे भी बहुत मिलने गए इतने घूमते फिरते, क्योंकि इन्होंने चैक करना तुम्हें बाला समान तो नहीं लैके चले, सो पुलिस वाले बहुत फिरन गए इतने पेट्रोल करते राह मे बी ओकेजनली किसी की चैकिंग कर लैन भी तू कि समान इतने खरीदया, क्योंकि लिमिट लगी होंगी है ना, तो ओबियसली जो तुम वापस जाओगे उतने का चैकिंग होनी हुई है। हैरानी की गल आ, 100 यूरो जी मर्जी घड़ी लै लो, 100 यूरो के अंडर सब कुछ मिल जाना, अपना $150 हो गया, इधर तो चल ज्वेलरी वगैरह लगी आ। सो सब नो महंगी घड़ी जी मैं इतने दिख रही आ वह हैगी, सब नो महंगी घड़ी इतने
ਫਿਲਿਪ ਵਾਚ ਦੀ ਆ 400 ਯੂਰੋ ਦੀ। ਜੀ ਦੋਸਤੋ ਚਲੋ ਠੀਕ ਹੈ, ਆਹ ਸੀਗਾ ਅੱਜ ਦਾ ਵਲੌਗ ਲਿਵੀਨੀਓ ਦਾ। ਜੇ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਕਰ ਦਿਓ ਅਤੇ ਦੱਸਿਓ ਹੋਰ ਅੱਗੇ ਕੀ ਦੇਖਣਾ ਚਾਹੁੰਦੇ ਹੋ। ਚਲੋ ਠੀਕ ਆ।